ਨਸ਼ੇ ਦੇ ਖਿਲਾਫ ਛੇੜੀ ਗਈ ਮੁਹਿੰਮ ਦੇ ਤਹਿਤ ਲੁਧਿਆਣਾ ਐਸਟੀਐਫ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਇੱਕ ਸਪੈਸ਼ਲ ਨਾਕੇਬੰਦੀ ਦੇ ਦੌਰਾਨ ਇੱਕ ਪ੍ਰੇਮੀ ਜੋੜੇ ਨੂੰ ਹਿਰਾਸਤ ਦੇ ਵਿੱਚ ਲਿਆਏ ਜੋ ਕਿ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ। ਇਸ ਪ੍ਰੇਮੀ ਜੋੜੇ ਦੇ ਕੋਲੋਂ ਪੁਲਿਸ ਨੂੰ 560 ਗ੍ਰਾਮ ਹੈਰੋਇਨ ਕਾਬੂ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ 3 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ। ਦੋਸ਼ੀਆਂ ਦੀ ਪਹਿਚਾਣ ਅਮਿਤਪ੍ਰੀਤ ਉਰਫ ਰੋਬੀ ਅਤੇ ਮਹਿਲਾ ਦੋਸ਼ੀ ਦੀ ਪਹਿਚਾਣ ਲਕਸ਼ਮੀ ਉਰਫ ਮੁਸਕਾਨ ਦੇ ਰੂਪ ਵਿੱਚ ਹੋਈ ਹੈ। ਜ਼ਿਕਰੇ ਖਾਸ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੋਨਾਂ ਉੱਤੇ ਪਹਿਲਾਂ ਵੀ ਕਈ ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ ਅਤੇ ਖੁਦ ਵੀ ਨਸ਼ੇ ਦੇ ਆਦੀ ਨੇ। ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਦੋਸ਼ੀਆਂ ਦੇ ਉੱਤੇ ਐਨਡੀਪੀਸੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸਟੀਐਫ ਲੁਧਿਆਣਾ ਜੁੰਡ ਦੀ ਟੀਮ ਦੇ ਸਬ ਇੰਸਪੈਕਟਰ ਜਸਪਾਲ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ ਨਸ਼ੇ ਦੇ ਤਸਕਰਾਂ ਦੀ ਇਤਲਾਹ ਦੇ ਸੰਬੰਧ ਵਿੱਚ ਪੁਲੀ ਸੂਆ ਸਾਹਨੇਵਾਲ ਹਾਜ਼ਰ ਸੀ, ਜਿਹਨਾਂ ਪਾਸ ਬੜੀ ਭਰੋਸੇਯੋਗ ਮੁਖਬਰੀ ਹੋਈ ਕਿ ਦੋ ਆਰੋਪੀ ਇੱਕ ਅਮਰਤਪ੍ਰੀਤ ਸਿੰਘ ਉਰਫ ਰੋਬੀ ਅਤੇ ਇਸਦੀ ਇੱਕ ਸਾਥਣ ਲਕਸ਼ਮੀ ਸਿੰਘ ਉਰਫ ਮੁਸਕਾਨ, ਜਿਹੜੇ ਦੋਵਾਂ ਦੇ ਬਰਖਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਨਸ਼ੇ ਦੀ ਤਸਕਰੀ ਦੇ ਦਰਜ ਹਨ। ਇਹਨਾਂ ਨੇ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਸਾਹਨੇਵਾਲ ਏਰੀਏ ਦੇ ਵਿੱਚ ਨਸ਼ੇ ਦੀ ਸਪਲਾਈ ਦੇਣ ਦੇ ਲਈ ਆਉਣਾ ਹੈ, ਜੋ ਮੁਖਰੀ ਬੜੀ ਭਰੋਸੇਯੋਗ ਸੀ। ਇਹਨਾਂ ਦੇ ਬਰਖਿਲਾਫ਼ ਮੁਕੱਦਮਾ ਨੰਬਰ 18 ਅਧੀਨ ਧਾਰਾ ਐਨਡੀਪੀਐਸ ਐਕਟ ਥਾਣਾ ਫੇਜ 4 ਮੋਹਾਲੀ ਦਰਜ ਕਰਾਇਆ। ਦਰਜ ਕਰਵਾ ਕੇ ਸਟਰੋਂਗ ਨਾਕਾਬੰਦੀ ਕੀਤੀ। ਦੌਰਾਨੇ ਨਾਕਾਬੰਦੀ ਦੋਵੇਂ ਆਰੋਪੀ ਇੱਕ ਅਮੇਜ ਕਾਰ ਵਿੱਚ ਸਵਾਰ ਹੋ ਕੇ ਆਏ। ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਆਰੋਪੀ ਨੇ ਆਪਣੀ ਕਾਰ ਭਜਾ ਲਈ ਅਤੇ ਪੁਲਿਸ ਪਾਰਟੀ ਨੇ ਬੜੀ ਮੁਸਤੈਦੀ ਨਾਲ ਦੋਵਾਂ ਨੂੰ ਕਾਰ ਸਮੇਤ ਕਾਬੂ ਕਰਕੇ ਜਦੋਂ ਕਾਰ ਦੀ ਤਲਾਸ਼ੀ ਕੀਤੀ ਤਾਂ ਕਾਰ ਦੀਆਂ ਸੀਟਾਂ ਦੇ ਵਿੱਚ ਲੁਕਾ ਕੇ ਰੱਖੀ ਹੋਈ 560 ਗ੍ਰਾਮ ਹੈਰੋਇਨ, ਛੋਟਾ ਇਲੈਕਟ੍ਰੋਨਿਕ ਕੰਡਾ ਅਤੇ ਪਾਊਚ ਜਿਨ੍ਹਾਂ ਦੇ ਵਿੱਚ ਇਹ ਹੈਰੋਇਨ ਪਰਚੂਨ ਦੇ ਵਿੱਚ ਵੇਚਦੇ ਸੀ ਉਹ ਬਰਾਮਦ ਹੋਈਆਂ। ਇਹਨਾਂ ਨੂੰ ਦੋਵਾਂ ਨੂੰ ਇਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਅੱਜ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਹਾਸਲ ਕਰਾਂਗੇ ਅਤੇ ਪਤਾ ਲਗਾਵਾਂਗੇ ਇੰਨੀ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਇਹ ਕਿੱਥੋਂ ਲੈ ਕੇ ਆਉਂਦੇ ਨੇ ਅਤੇ ਅੱਗੇ ਕਿਹੜੇ ਕਿਹੜੇ ਗਾਹਕਾਂ ਨੂੰ ਇਹਨਾਂ ਨੇ ਸਪਲਾਈ ਕਰਨੀ ਸੀ। ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਅਤੇ ਇਹਨਾਂ ਦੋਵਾਂ ਆਰੋਪੀਆਂ ਦੇ ਆਪਸੀ ਕੀ ਤਾਲੁਕਾਤ ਨੇ? ਇਹ ਦੋਵੇਂ ਆਰੋਪੀ ਇਹਨਾਂ ਦੱਸ ਪੁੱਛਗਿੱਛ ਤੇ ਦੱਸਿਆ ਵੀ ਇਹ ਆਪਸ ਦੇ ਵਿੱਚ ਫਰੈਂਡ ਹਨ ਅਤੇ ਇਕੱਠੇ ਰਹਿੰਦੇ ਹਨ NRI ਕਲੋਨੀ ਦਰਾਹਾ ਦੇ ਵਿੱਚ ਇੱਕ ਕੋਠੀ ਕਿਰਾਏ ਦੇ ਵਿੱਚ ਪਰ ਲੈ ਕੇ ਅਤੇ ਇਹਨਾਂ ਦਾ ਜਿਹੜੀ ਇੱਕ ਦੋਸ਼ਣ ਮੁਸਕਾਨ ਹੈ ਇਸਦਾ ਪਤੀ ਪਹਿਲਾਂ ਵੀ NDPS ਐਕਟ ਦੀ ਨਸ਼ੇ ਦੀ ਤਸਕਰੀ ਦੇ ਮੁਕੱਦਮੇ ਦੇ ਵਿੱਚ ਕਰੀਬ 3 ਸਾਲ ਤੋਂ ਕੇਂਦਰੀ ਜੇਲ੍ਹ ਲੁਧਿਆਣਾ ਦੇ ਵਿੱਚ ਬੰਦ ਹੈ ਅਤੇ ਆਪ ਵੀ ਕਰੀਬ 8-10 ਮਹੀਨੇ ਪਹਿਲਾਂ ਹੀ ਇਹ 200 ਗ੍ਰਾਮ ਹੈਰੋਇਨ ਦੀ ਬਰਾਮਦਗੀ ਦੇ ਵਿੱਚੋਂ ਜੋ STF ਲੁਧਿਆਣਾ ਵੱਲੋਂ ਹੀ ਇਹਨੂੰ ਫੜ ਕੇ ਜੇਲ੍ਹ ਭੇਜਿਆ ਗਿਆ ਸੀ ਉਸ ਦੇ ਵਿੱਚੋਂ ਜ਼ਮਾਨਤ ਕਰਵਾ ਕੇ ਬਾਹਰ ਆਈ ਹੈ ਅਤੇ ਦੂਸਰਾ ਦੋਸ਼ੀ ਅਮਰਤਪ੍ਰੀਤ ਸਿੰਘ ਉਰਫ ਰੋਬੀ ਇਹ ਵੀ ਆਪਣਾ ਇਸਦੇ ਬਰਖਿਲਾਫ਼ ਵੀ ਇੱਕ NDPS ਐਕਟ ਦਾ ਮੁਕੱਦਮਾ ਦਰਜ ਹੈ। ਸਰ ਇਹ ਦੋਵੇਂ ਐਡਿਕਟ ਨੇ? ਇਹਨਾਂ ਨੇ ਪੁੱਛਗਿੱਛ ਤੇ ਦੱਸਿਆ ਵੀ ਦੋਵੇਂ ਭਾਰੀ ਮਾਤਰਾ ਦੇ ਵਿੱਚ ਖੁਦ ਨਸ਼ੇ ਦਾ ਸੇਵਨ ਕਰਦੇ ਨੇ, ਕਰੀਬ 8-10 ਗ੍ਰਾਮ ਦੋਵੇਂ ਰਲ ਕੇ ਰੋਜ਼ ਆਪ ਵੀ ਹੈਰੋਇਨ ਪੀਂਦੇ ਹਨ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।